हां जी दोस्तों सत श्री अकाल जी स्वागत करना ਥੋੜਾ ਮਾਈ ਰਾਈਡ ਤੁਰੀ YouTube ਚੈਨਲ ਦੇ ਉੱਪਰ ਅੱਜ ਆਪਾਂ ਪਹੁੰਚ ਚੁੱਕਿਆਂਗੇ ਪੰਜਾਬ ਦੇ ਸਭ ਤੋਂ ਵੱਡੇ ਕਾਰ ਬਾਜ਼ਾਰ ਦੇ ਉੱਪਰ ਠੀਕ ਹੈ ਜੀ ਤੇ ਸਭ ਤੋਂ ਸਸਤੇ ਕਾਰ ਬਾਜ਼ਾਰ ਦੇ ਉੱਪਰ ਅੱਜ ਆਪਾਂ ਪਹੁੰਚਾਂਗੇ ਪਾਟਨਾ ਸ਼ਹਿਰ ਠੀਕ ਹੈ ਜੀ ਆਪਾਂ ਬੋਰਡ ਦੇਖ ਰਹੇ ਹਾਂਗੇ ਪਿੱਛੋਂ ਕ੍ਰਿਸ਼ਨਾ ਮੋਟਰ ਦਾ ਤੇ ਅੱਜ ਵੀਰਾਂ ਨਾਲ ਗੱਲ ਕਰਾਂਗੇ ਠੀਕ ਹੈ ਜੀ ਬਹੁਤ ਮੁਸ਼ਕਿਲ ਨਾਲ ਇੱਕ ਵਧੀਆ ਪਰੋਸੇਮੰਦ ਡੀਲਰ ਆਪਾਂ ਨੂੰ ਮਿਲਦਾ ਹੈਗਾ ਤੇ ਆਪਾਂ ਅੱਜ ਆਇਆਗੇ ਵੀਰਾਂ ਨਾਲ ਵੇ ਕ੍ਰਿਸ਼ਨਾ ਮੋਟਰ ਦੇ ਉੱਪਰ ਤੁਸੀਂ ਦੇਖ ਰਹੇ ਹੋਵੋਗੇ ਠੀਕ ਹੈ ਜੀ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਰੇਟ ਦੀਆਂ ਕਾਰਾਂ ਰਹਿਣਗੀਆਂ ਠੀਕ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਲਿਓ ਆਜੋ ਵੀਰੇ ਹੋਰਾਂ ਨਾਲ ਵੀ ਚੱਲਦੇ ਆਂਗੇ ਦੇਖਦੇ ਆਂਗੇ ਕਿਹੜੇ ਕਿਹੜੇ ਕਾਰਾਂ ਮਿਲਣਗੀਆਂ ਆਜੋ ਲੋ ਜੀ ਆਪਾਂ ਵੀਰੇ ਲ ਪਹੁੰਚ ਚੁੱਕੇ ਆਂ ਸੱਸੀ ਘਾ ਵੀਰੇ ਸੱਸੀ ਘਾ ਜੀ ਤੇ ਸਵਾਗਤ ਆ ਤੁਹਾਡਾ ਸਾਡੇ ਮਾਈ ਰਾਈਡ ਟੂਰੀ YouTube ਚੈਨਲ ਤੇ Facebook ਪੇ ਤੇ ਮੋਸਟ ਵੈਲਕਮ ਜੀ ਅੱਜ ਆਪਾਂ ਪਹਿਲੀ ਵਾਰ ਰੂਬਰੂ ਹਾਂ ਵੀਰੇ ਠੀਕ ਹੈ ਜੀ ਆਪਣਾ ਜਿਵੇਂ ਚਲੋ ਕ੍ਰਿਸ਼ਨਾ ਮੋਟਰ ਇੱਕ ਬਹੁਤ ਵੱਡਾ ਬ੍ਰਾਂਡ ਹੈ ਹਨਾ ਜੀ ਤੇ YouTube ਤੇ Facebook ਤੇ ਆਪਣੀਆਂ ਬਾਬਾ ਵੀਡੀਓ ਜਿਹੜੀਆਂ ਰਹਿੰਦੀਆਂ ਨੇ ਚੱਲਦੀਆਂ ਤੇ ਅੱਜ ਮੈਂ ਸੋਚਿਆ ਮਹਾ ਵੀਰੇ ਹੋਰਾਂ ਨਾਲ ਵੀ ਚੱਲਦੇ ਆ ਵੀਡੀਓ ਬਣਾਉਣਾਂਗੇ ਜਿਹੜੀ ਜਿਹੜੇ ਕਾਰਾਂ ਹੋਣਗੀਆਂ ਆਪਾਂ ਐਕਸਪਲੋਰ ਕਰਦੇ ਆਂਗੇ ਆਪਣੇ ਮਿੱਤਰਾਂ ਨੂੰ ਦਿਖਾਣੇ। ਨਾਮ ਵੀਰ ਜੀ ਮੋਸਟ ਵੈਲਕਮ ਜੀ। ਤੇ ਇੱਕ ਜ਼ਰੂਰ ਦੱਸੋ ਤੇ ਵੀ ਆਪਣੇ ਲਵੇ ਜਿਵੇਂ ਮਾਰਕੀਟ ਰੇਟ ਨਾਲੋਂ ਕਿੰਨੇ ਸਸਤੇ ਆਪਾਂ ਕਾਰ ਦੇਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਹੈ। ਬਟ ਵੀਰ ਦੇਖੋ ਕਿੰਨਾ ਸਸਤਾ ਇੱਕ ਵਧੀਆ। ਦੇਖੋ ਪੁਰਾਣੇ ਬਜ਼ੁਰਗ ਕਹਾਵਤ ਹੈ ਸਸਤਾ ਰਹੂਗਾ ਬਾਰ-ਬਾਰ ਮੈਂ ਘਰੂ ਇੱਕ ਵਾਰ। ਸਾਡੀ ਸੋਚ ਇਹ ਰਹਿੰਦੀ ਹੈ ਵੀ ਗਾਹਕ ਨੂੰ ਪਹਿਲਾਂ ਤਾਂ ਦਿਹੀਏ ਗਾਹਕ ਨੂੰ ਗ ਰੇਟ ਦੇ ਬਾਅਦ ਕੰਪੈਰੀਜ਼ਨ ਹੈ ਮੈਂ ਵਾਕਈ ਗਾਹਕ ਨੂੰ ਕਲ ਕਹਿਣਾ ਵੀ ਮੇਰੇ ਕਾਊਂਟਰ ਤੇ ਆਉਣ ਤੋਂ ਪਹਿਲਾਂ ਬਾਜ਼ਾਰ ਚ 200 ਤੋਂ 250 ਘਰ ਵੇਚਿਆ ਤੁਸੀਂ ਪਹਿਲਾਂ ਰੇਟ ਕਨਫਰਮ ਕਰਕੇ ਆਓ ਫਿਰ ਤੁਹਾਨੂੰ ਅੱਗੇ ਪਤਾ ਲੱਗੂ ਕ੍ਰਿਸ਼ਨਾ ਮੋਟਰ ਦਾ ਰੇਟ ਬਾਜ਼ਾਰ ਨਾਲ ਕਿੰਨਾ ਕ ਫਰਕ ਹੈ ਇੱਕ ਪਲੀਜ਼ ਇੱਕ ਰਿਕਵੈਸਟ ਤੁਹਾਨੂੰ ਹੋਰ ਹੈ ਜਿਹੜੀ ਗੱਡੀ ਬਹੁਤ ਸਸਤੀ ਮਿਲਦੀ ਹੈ ਨਾ ਤਾਂ ਉਹਦੇ ਚ ਕੋਈ ਨਾ ਕੋਈ ਖਰਾਬੀ ਹੋਊਗੀ ਪਲੀਜ਼ ਚੈੱਕ ਕਰੋ ਮੇਰੀ ਕ੍ਰੈਡਿਟਿੰਗ ਗਾਹਕ ਨੂੰ ਗਾਰੰਟੀ ਹੁੰਦੀ ਹੈ ਵੀ ਗੋਡੇ ਬਿੱਲੇ ਦੀ ਮੇਰੀ ਗੱਡੀ ਦੀ ਗਾਰੰਟੀ ਹੈ ਜਰੋ ਮੈਂ ਕੋਈ ਸਾਇਕ ਕਿਸੇ ਬੱਚੇ ਨੂੰ ਭੇਜ ਦੋ ਚਾਹ ਕਿਸੇ ਬਜ਼ੁਰਗ ਨੂੰ ਭੇਜ ਦੋ ਚਾਹ ਕੋਈ 파ਰਖੀ ਬੰਦਾ ਆ ਜਾਏ ਚਾਹ ਬਿਨਾ 파ਰਖੀ ਤੋਂ ਆ ਜਾਏ ਗੋਡੇ ਪਿੱਲਰ ਦੀ ਮੈਂ ਲਿਖ ਕੇ ਗਾਰੰਟੀ ਦਿੰਦਾ ਜੀ ਵੀ ਮੇਰੀ ਗੱਡੀ ਦੀ ਗਾਰੰਟੀ ਹੈਗੀ ਆ ਲਓ ਜੀ ਵੀਰਾ ਕਹਿੰਦਾ ਦੇਖੋ ਗੋਡੇ ਪਿੱਲਰ ਦੀ 올ਓਵਰ ਸਾਰੀ ਮਤਲਬ ਗਾਰੰਟੀ ਹੋਊਗੀ ਜਿਹੜੀ ਚੀਜ਼ ਕਹਿਣਗੇ ਉਹੀ ਨਿਕਲੂ ਉਸ ਤੋਂ ਉਨ੍ਹੀਕੀ ਨਹੀਂ ਹੋਊਗੀ ਠੀਕ ਹੈ ਜੀ ਤੇ ਬਾਕੀ ਹੁਣ ਗੱਲਬਾਤ ਕਰਨਾ ਪਹਿਲੀ ਕਾਰ ਤੋਂ ਸਟਾਰਟ ਕਰਦੇ ਫੋਰਚੂਨਰ ਜਿਹੜੇ ਬਹੁਤ ਲੋਕਾਂ ਦੇ ਦਿਲਾਂ 'ਚ ਧੜਕਣ ਰਹਿੰਦੀ ਹੈ ਜੀ ਤੇ ਕੀ ਮਾਡਲ ਹੈ ਕੀ ਡਿਟੇਲ ਹੈ ਕਰ ਇਹ ਹੈ ਜ 4x4 ਜਿਹੜਾ ਸਭ ਤੋਂ ਟੌਪ ਵਾਲਾ ਮਾਡਲ ਹੁੰਦਾ ਇੱਕ ਇਸ ਚਾਹਤ ਨੂੰ ਜਾਂ ਮੈਨੂਅਲ ਹੀ ਘਾਟੋ ਇਹ ਮੈਨੂਅਲ ਮਾਡਲ ਹੈ ਜੀ ਬੜੀਆ ਕੋਠੀ ਦੀ ਗੱਡੀ ਹੈ 3002 ਨੰਬਰ ਹੈ ਮੇਬੀ ਨੰਬਰ ਉਤਰ ਸਕਦਾ ਹੈ ਐਚ ਆਰ ਨੰਬਰ ਦੀ ਹੈਗੀ ਇਹ ਪ੍ਰਾਈਵੇਟ ਕੋਠੀ ਦੀ ਗੱਡੀ ਚੱਲੀ ਹੋਈ ਹੈ ਅੱਛੀ ਗੱਡੀ ਹੈ ਇੱਕ ਅਦਾ ਪੀਸ ਜਿਵੇਂ ਟਚਿੰਗ ਹੁੰਦਾ ਉਹ ਹੈਗਾ ਐਕਸੀਡੈਂਟ ਦੀ ਫਿਰ ਵੀ ਗਾਰੰਟੀ ਹੈ ਇਹ ਰੇਂਜ ਚ ਗੱਡੀ ਹੈ ਜੀ ਸਿਰਫ 10,25,000 ਰੁਪਏ ਦੀ ਐਨਓਸੀ ਨਾਲ 2012 ਮਾਡਲ 2012 ਮਾਡਲ 10,25,000 ਜੀ ਐਨਓਸੀ ਨਾਲੀ ਐਨਓਸੀ ਨਾਲ ਜੀ ਇਹ ਬੰਦਾ ਐਨਓਸੀ ਨਾਲ ਵੀ ਚਲਾ ਸਕਦਾ ਜਿਵੇਂ ਬੀਏਪੀ ਨੰਬਰ ਐਨਓਸੀ ਨਾਲ ਹੀ ਨਾ ਕਿ ਕੁਝ ਟਾਈਮ ਦੀ ਬੈਲਿਟੀ ਹੁੰਦੀ ਹੈ ਜਿਵੇਂ 2 ਮਹੀਨੇ 3 ਮਹੀਨੇ ਜਿਵੇਂ ਐਚਏ ਨੰਬਰ ਦਾ ਕੋਈ ਕਸਟਮਰ ਹੈਗਾ ਜੀ ਐਚਏ ਨੰਬਰ ਦੀ 5-7000 ਰੁਪਏ ਚ ਟ੍ਰਾਂਸਫਰ ਹੋ ਜਾਂਦੀ ਹੈ ਜੀ ਜੇ ਕਿ ਕੋਈ ਕਸਟਮਰ ਬਾਕੀ ਇਸ ਤੇ ਨਾ ਜਿਹੜੇ ਨੰਬਰ ਪੈਸੇ ਨਹੀਂ ਲੱਗਣੇ 75000 ਰੁਪਏ ਤੁਹਾਨੂੰ ਪੰਜਾਬ ਨੰਬਰ ਲੱਗ ਜਾਂਦੇ ਮਰਕੀ ਲਗਾ ਲਓ 11 ਲੱਖ ਦੀ ਤੁਹਾਨੂੰ ਆਨ ਰੋਡ ਵਿੱਦੂ ਨੰਬਰ ਲਾ ਕੇ ਪੰਜਾਬ ਨੰਬਰ ਲਾ ਕੇ ਤੁਹਾਨੂੰ ਗੱਡੀ ਪੈ ਗਈ ਜੀ 4x4 ਫੋਰਚਨਰ ਕਿ ਮਤਲਬ ਵੀ ਪੂਰੀ ਘੈਂਟ ਫੋਰਚੂਨਰ ਦੇਖੋ ਇਹ ਚੱਲੀ ਕਿੰਨੀ ਕੋਈ ਸੀ ਫਿਰ ਉਹ ਸਰ ਇਹ ਹੁੰਦੀ ਹੈ ਲੱਖ ਸਵਾ ਲੱਖ ਦੇ ਅੰਦਰ ਬਸ ਜਿਆਦਾ ਨਹੀਂ ਹੈਗੀ ਵੀ 5 ਸਾਲ ਲੱਖ 7 ਲੱਖ ਕਿਉਂਕਿ ਇਹ ਜਿਹੜੀ ਫੋਰਚੂਨਰ ਗੱਡੀ ਹੈ ਸ਼ਕੀਨ ਬੰਦਾ ਰੱਖਦਾ ਜੀ ਇਹਦੇ ਕੋਈ ਟੈਕਸੀ ਨੰਬਰ ਚੱਲਦੀ ਹੈ ਹੋਣੀ ਹੈਗੀ ਇਹਦਾ ਵੱਡੇ ਕੋਲ ਜਿਵੇਂ ਇੱਕ ਸਟੇਟਸ ਸਿਮਲ ਹੈ ਉਹ ਚੀਜ਼ ਹੈ ਜੀ ਤੈਨੂੰ ਇੱਕ ਗੱਲ ਕਰ ਲਈ ਜਿਵੇਂ ਨਾ ਵੀਰੇ ਆਪਾਂ ਕਿਉਂਕਿ ਨਾਰਮਲ ਦਾ ਹੁਣ ਆਪਾਂ ਗੱਲਬਾਤ ਕਰਾਂਗੇ ਜਿਵੇਂ ਰੇਟ ਦੱਸਤਾ ਮਾਡਲ ਦੱਸਤਾ ਤੇ ਡਰਾਈਵਨ ਕਿੰਨੀ ਹੋਗੀ ਵੀ ਸਾਰੀ ਡਿਟੇਲ ਆਪਾਂ ਨਹੀਂ ਦਵਾਂਗੇ ਜਿਵੇਂ ਟਾਇਰਾਂ ਦੀ ਵਗੈਰਾ ਸਾਰੀ ਕਾਰਾਂ ਆਲਓਵਰ ਵਧੀਆ ਹੋਣਗੇ ਟਾਇਰ ਵੀਰ ਜੀ ਐਵੇਂ ਹੁੰਦਾ ਕੁਝ ਕੋਈ 80 ਪੈਸੇ ਟਾਇਰ ਨੇ ਕਿਸੇ ਦੇ 90 ਪੈਸੇ ਟਾਇਰ ਨੇ ਜਿਹੜੇ 40 50 ਪੈਸੇ ਤੋਂ ਨੀਚੇ ਟਾਇਰ ਹੁੰਦੇ ਨੇ ਉਹ ਤਾਂ ਅਸੀਂ ਵੈਸੇ ਹੀ ਨਵੇਂ ਪਾਉਤ ਨਹੀਂ ਆ ਜੀ ਆਮ ਗੱਡੀਆਂ ਦੇ ਨਾਲ ਜਿਹੜੇ ਵੀ 35 40 ਪੈਸੇ ਟਾਇਰ ਨੇ ਉਹ ਤਾਂ ਅਸੀਂ ਆਪੇ ਨਵੇਂ ਪਾਉਤ ਨਹੀਂ ਆ ਜਿਹਦੇ 70 80 ਪ ਠੀਕ ਹੈ ਮਤਲਬ ਵੀ 70 80 ਪੈਸੇ ਟਾਇਰ ਮਿਲਣਗੇ ਮਿਲਣਗੇ ਆਲਮੋਸਟ 50 ਤੋਂ ਪਲੱਸ ਮਿਲਣਗੇ ਜੀ ਗੱਡੀ ਤੇ ਤਰੀ ਮੈਂ ਟਾਇਰ ਆਲਮੋਸਟ ਗੱਡੀਆਂ ਦੇ ਜੀ ਤੇ ਹੋਣਾ ਕਿ ਸਕਾਰਪੀਓ ਵੀਰੇ ਕੀ ਡਿਟੇਲ ਕਰਦੇ ਸਰ ਇਹ 16 ਮਾਡਲ ਸਕਾਰਪੀਓ ਬਲੈਕ ਕਲਰ ਦੀ ਇਹ ਬਲੈਕ ਕਲਰ ਦੀ ਬਲੈਕ ਬੋਟ ਹੈ ਤੁਹਾਨੂੰ ਦੱਸਾਂ ਇਹ ਸਮੋਡਲ ਵਿੱਚ ਮਾਡਲਸ ਨਾ ਬਲੈਕ ਕਲਰ ਦੀ ਗੱਡੀ ਵੈਸੇ ਘੱਟ ਮਿਲਦੀ ਹੈ ਇਹ ਵੀ 0038 ਵੀਆਈਪੀ ਨੰਬਰ ਦੀ ਗੱਡੀ ਹੈ ਜੀ 2016 ਮਾਡਲ S10 ਇਹ 11 ਲੱਖ ਦੀ ਸਾਡੀ ਡਿਮਾਂਡ ਹੈ ਬਾਕੀ ਤੁਸੀਂ ਤੋਂ ਮੈਨੂੰ ਡਿਮਾਂਡ کہہ ਰਹੇ ਆ ਥੋੜਾ ਬੋਤ ਇੱਥੇ ਵੀ ਹੋਰ ਵੀ ਲ ਠੀਕ ਹੈ ਜੀ ਔਨ ਟੇਬਲ ਤੁਹਾਨੂੰ ਜਿਹੜਾ ਪਿਆਰ ਸਦਕਾ ਜਿਹੜਾ ਡਿਸਕਾਊਂਟ ਹੋ ਜੂਗਾ ਤੇ ਇੱਕ ਚੈਨਲ ਦੀ ਅਸੀਂ ਹਰੇਕ ਨੂੰ ਕਹਿੰਦੇ ਆ ਜਿਹੜਾ ਬੰਦਾ ਆ ਕੇ ਚੈਨਲ ਨਾਲ ਆਉਂਦਾ ਸੀ ਚੈਨਲ ਤੋਂ ਆਏ ਅਸੀਂ 10000 ਉਹਨੂੰ ਵੈਸੀ ਹੀ ਰੈਟ ਕਰਦੇ ਆ ਜੀ ਲੋ ਜੀ ਆਪਣਾ ਵੀਰ ਦਾ ਕਹਿੰਦਾ ਵਾ ਜਿਹੜਾ ਵੀ ਆਪਣੇ ਥਰੂ ਆਊਗਾ ਠੀਕ ਹੈ 10000 ਦਾ ਵੈਸੀ ਡਿਸਕਾਊਂਟ ਹੋ ਜੂਗਾ ਉਸ ਤੋਂ ਬਾਅਦ ਆ ਗਈ ਕ੍ਰੇਟਾ ਵੀਰੇ ਇਹ ਵੀ ਔਨ ਡਿਮਾਂਡ ਹੈ ਇਹ ਵੀ ਬਹੁਤ ਅੱਛੀ ਗੱਡੀ ਐ ਐਕਸ ਐਕਸ ਮਾਡਲ ਐ 16 ਮਾਡਲ ਐ ਇਹ ਮਾਰਕੀਟ ਰੇਟ ਇਹਦਾ 8.5+ ਐ ਮੈਂ ਤੁਹਾਨੂੰ ਮਜ਼ੇਦਿਆਂ 8,25000 ਰੁ ਐਸਐਕਸ 16 ਮਾਡਲ ਟੌਪ ਤੋਂ ਇੱਕ ਨੀਚੇ ਵਾਲਾ ਮਾਡਲ ਹੈ ਜੀ ਭਈ 8 ਲੱਖ 25000 ਰੁਪਏ ਦੀ ਕਾਰ ਤੁਹਾਨੂੰ ਮਿਲਣ ਵਾਲੀ ਹੈਗੀ ਤੇ ਉਸ ਤੋਂ ਬਾਅਦ ਅਗੇਨ ਸਕੋਰਪੀਓ ਆ ਗਈ ਜਿਵੇਂ ਮੈਂ ਦੇਖ ਰਿਹਾ ਨਾ ਸਾਰੀਆਂ ਕਾਰਾਂ ਮੇਰੇ ਜਿਹੜੀਆਂ ਔਨ ਨੇ ਤੁਹਾਡੇ ਲਈ ਵੇ ਜਿਹੜੀਆਂ ਔਨ ਡਿਮਾਂਡ ਕਾਰਾਂ ਨੇ ਮਤਲਬ ਬਹੁਤ ਘੱਟ ਨੇ ਮਾਰਕੀਟ ਆਪਣੀ ਸੋਚ ਹੀ ਰੱਖੀ ਹੋਈ ਹੈ ਵੀ ਅਸੀਂ ਔਨ ਡਿਮਾਂਡ ਹੀ ਗੱਡੀ ਰੱਖਦੇ ਹਾਂ ਅਸੀਂ ਆਊਟਰ ਗੱਡੀ ਰੱਖਦੀ ਨਹੀਂ ਹਾਂ ਅਗੇ ਸਾਡੀ ਸੋਚ ਵੀ ਕਸਟਮਰ ਦੀ ਪਤਾ ਗੱਲ ਕੀ ਹੈ ਸਾਡੀ ਸੋਚ ਕੀ ਹੈ ਸਭ ਤੋਂ ਵੱਡੀ ਗੱਲ ਕਿ ਸਿੱਖੀ ਆਪਾਂ ਨੇ ਵੀ ਕਸਟਮਰ ਦੀ ਕ੍ਰੈਡਿਟ ਵਿੱਚ ਨਹੀਂ ਬਹੁਤ ਸਾਨ ਹੈ ਸਾਡੀ ਸੋਚ ਵੀ ਕਸਟਮਰ ਸਾਡੇ ਕੋਲ ਬਾਰ-ਬਾਰ ਆਵੇ ਬਾਰ-ਬਾਰ ਉਹ ਤਾਂ ਹੋਊਗਾ ਜੇ ਇਹਨੂੰ ਗੱਡੀ ਅੱਛੀ ਜਾਊਗੀ ਜੀ ਰੇਟ ਜਾਊਗਾ ਲੌਂਗ ਟਰਮ ਚੱਲੂਗਾ 10 ਬੰਦੇ ਤਾਂ ਹੀ ਲੈ ਕੇ ਆਊਗਾ ਜੀ ਤੇ ਇਹ ਸਕਾਰਪਿਓ ਕਿਹੜੀ ਹੈ ਮਾਡਲ ਕਿਹੜਾ ਵੀਰੇ ਸਰ ਇਹ 7 ਮਾਡਲ ਗੱਡੀ ਹੈ ਜੀ ਇਹ ਚੰਡੀਗੜ੍ਹ ਨੰਬਰ ਦੀ ਇਹ ਵੀ ਵੀਆਈਪੀ ਡਾਕਟਰ ਦੀ ਗੱਡੀ ਹੈ ਸਿਰਫ 2 ਲੱਖ ਰੁਪਏ ਦੀ ਹੈ ਜੀ ਐਨਓਸੀ ਦੇ ਨਾਲ ਇਹ ਐਨਓਸੀ ਪੰਜਾਬ ਦੀ ਨਿਕਲੀ ਹੋਈ ਹੈ ਬਹੁਤ ਅੱਛੀ ਗੱਡੀ ਚਲਾ ਚਲਾ ਕੇ ਤੁਹਾਨੂੰ ਐ ਲੱਗੂਗਾ ਜਿਵੇਂ 17 18 ਮਾਡਲ ਗੱਡੀ ਚਲਾ ਰਹੇ ਹੋ ਠੀਕ ਹੈ ਜੀ ਇਹ ਹੈਗੇ 7 ਮਾਡਲ ਸਿਰਫ 2 ਲੱਖ ਰੁਪਏ ਦੀ icar ਤੇ ਇਹ ਕਿੰਨੀ ਕਿ ਡਰਾਈਵਨ ਹੋ ਰਹੀ ਸਰ ਇਹ ਸਵਾ ਲੱਖ ਡੇਢ ਲੱਖ ਹੀ ਹੈ ਜਿਆਦਾ ਨਹੀਂ ਹੈਗੇ ਲੋ ਜੀ ਸਵਾ ਡੇਢ ਦੇ ਵਿੱਚ ਵਿੱਚ ਇਹ ਕਾਰ ਤੁਹਾਨੂੰ ਚੱਲੀ ਹੋਈ ਮਿਲ ਜੂਗੀ ਠੀਕ ਹੈ ਜੀ ਲੋ ਜੀ ਨੈਕਸਟ ਕਾਰ ਜਿਹੜੀ ਆਪਾਂ ਦੇਖ ਰਹਾਂਗੇ ਇਨੋਵਾ ਔਰੇ 5 6 ਆਪਣੇ ਵੀਰਾਂ ਲਵੇ ਖੜੀਆਂ ਨੇ ਉਹ ਵੀ ਪੂਰੀਆਂ ਘੈਂਟ ਨੇ ਚਮਚਮਾਉਂਦੀਆਂ ਕਾਰਾਂ ਨੇ ਤੇ ਪਹਿਲੀ ਇਨੋਵਾ ਹੀ ਕਿਹੜੀ ਹੈ ਵੀਰੇ ਸਰ ਇਹ 2012 B ਸਭ ਤੋਂ ਟੌਪ ਵਾਲਾ ਮਾਡਲ ਜੀ ਕੋਠੀ ਦੀ ਗੱਡੀ ਆ ਡਰਾਈਵਨ ਫਰੰਟ ਸ਼ੀਸ਼ਾ ਸਾਰੀ ਤਰ੍ਹਾਂ 90% ओरिजिनल पेंट दी ਗੱਡੀ ਆ ਇਹ ਮਾਰਕੀਟ ਚ ਮਿਲ ਕੇ ਉਹੀ ਗੱਲਾਂ ਤੁਹਾਡੇ ਅੱਜਕੱਲ ਟੋヨタ ਤੇ ਦੇਖੋ ਮੁਰਤੀ ਦਾ ਹੀ ਟ੍ਰੈਂਡ ਹੈ ਜਿਆਦਾਤਰ ਤਾਂ ਮਰਾ ਨੋਵਾ ਹੋਗੀ ਸਕੋਰਪੀਓ ਫੋਰਚੂਨਰ ਆਹੀ ਗੱਡੀਆਂ ਦੇਖੋ ਅੱਜਕੱਲ ਟ੍ਰੈਂਡ ਚੱਲ ਰਿਹਾ ਜਿਹੜਾ ਮੇਨ ਹੈਗੇ ਅਸੀਂ ਸੈਗਮੈਂਟ ਵੀ ਉਹੀ ਰੱਖ ਕੇ ਰਾਜੀ ਆ ਜਿਹੜੇ ਗੱਡੇ ਟ੍ਰੇਕੋ ਟ੍ਰੈਂਡ ਚ ਨੇ ਕਿਉਂਕਿ ਇਹ ਗੱਡੀਆਂ ਦੇਖੋ ਕਹਿੰਦੇ ਨਾ ਲਾਈਫ ਕੇ ਬਾਅਦ ਵੀ ਲਾਈਫ ਕੇ ਸਾਥ ਵੀ ਇਹ ਉਹ ਸਿਸਟਮ ਹੈ ਜੀ ਗੱਡੀਆਂ ਦਾ ਇਹ ਗੱਡੀਆਂ ਬੰਦੇ ਨੂੰ ਧੋਖਾ ਨਹੀਂ ਦਿੰਦੀਆਂ ਉਹ ਸਾਡਾ ਵੀ ਉਹੀ ਸਿਸਟਮ ਹੈ ਕਸਟਮਰ ਨਾਲ ਵੀ ਕਸਟਮਰ ਅਸੀਂ ਧੋਖਾ ਨਹੀਂ ਦਿੰਦੇ ਹੈਗੇ ਲਓ ਜੀ ਕੀ ਮਾਡਲ ਸੀ ਕੀ ਰੇਟ ਸੀ ਵੀਰੇ ਇਹ 12 ਮਾਡਲ ਹੈ ਸਿਲਵਰ ਰੰਗ ਦੀ 12b ਮਾਡਲ ਹੈ ਇਹ ਮਤਲਬ ਕਿ ਤਰੀਬਨ ਬੈਸੇ ਦਾ ਮਾਰਕੀਟ ਰੇਟ 5 70 80 ਦਾ ਜੀ ਇਹ 535000 ਰੁਪਏ ਐਨਓਸੀ ਦੇ ਨਾਲ ਆ ਗਿਆ ਜੀ ਲਓ ਜੀ 535000 ਵੀ ਤਾਂ ਐਨਓਸੀ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਫੇਰ ਇਨੋਵਾ ਗ੍ਰੇ ਕਲਰ ਦੇ ਕਲਰ ਕਲਰ ਆਪਸ਼ਨ ਆ ਬਹੁਤ ਨੇ ਇਹਦੇ ਵਿੱਚ ਆਪਾਂ ਨੂੰ ਮਿਲ ਨਹੀਂ ਆ ਰਹੇ ਠੀਕ ਹੈ ਜੀ ਅ ਗ੍ਰੇ ਕਲਰ ਦੀ ਕਿਹੜੀ ਹੈ ਕਿੰਨਾ ਮਾਡਲ ਇਹ ਵੀ 12 ਮਾਡਲ ਹੈ ਇਹ g4 ਹੈ ਜੀ ਸੋਫਾ ਸੀਟ ਹੈ ਇਹ ਵੀ ਪ੍ਰਾਈਵੇਟ ਨੰਬਰ ਦੀ ਕੱਢੀ ਹੈ 465000 ਦੀ ਵੀ ਤਾਂ ਐਨਓਸੀ ਹੈ ਜੀ ਉਹ ਜੀ 465000 ਦੀ ਠੀਕ ਹੈ ਜੀ ਇਹ ਕਾਰ ਹੈਗੀ ਵਿਦ ਐਨਓਸੀ ਤੁਹਾਨੂੰ ਮਿਲਣ ਵਾਲੀ ਹੈਗੀ ਉਹ ਸੌਤ ਵਾਈਟ ਕਲਰ ਦੇ ਵਿੱਚ ਆ ਗਈ ਠੀਕ ਹੈ ਜੀ ਇਹ ਕਿਹੜਾ ਮਾਡਲ ਹੈ 2010 ਮਾਡਲ ਨਮੀ ਸ਼ਿਪ ਤਿਆਰ ਹੈ ਜੀ ਪੰਜਾਬ ਨੰਬਰ ਹੈ 365000 ਰੁਪਏ 2010 ਮਾਡਲ ਜੀ ਜੀ 4 ਬਾਕੀ ਚੱਲਣ ਦੀ ਗੱਲ ਉਹੀ ਕਿ ਮੈਂ ਲੱਖ ਸਵਾ ਲੱਖ ਰੁਪਏ ਦੇ ਪਰ ਦੇਖੋ ਪਤਾ ਗੱਲ ਕੀ ਇਹ ਗੱਡੀਆਂ ਸੈਗਮੈਂਟ ਇਸ ਤਰ੍ਹਾਂ ਦਾ ਜੇ ਚਾਹੇ ਇਹਨੂੰ 5 ਲੱਖ ਵੀ ਚੱਲ ਜੰਨਾ ਇਹਨਾਂ ਨੂੰ ਫਰਕ ਨਹੀਂ ਪੈਂਦਾ ਵੀ ਬੰਦੇ ਨੇ ਸੰਭਾਲ ਕਿਵੇਂ ਹੋਈ ਹੈ ਕਿਵੇਂ ਚਲਾਈਆਂ ਹੋਈਆਂ ਨੇ ਬਸ ਉਹ ਚੀਜ਼ ਦੇਖਣੀ ਹੁੰਦੀ ਹੈ ਜਦੋਂ ਗੱਡੀ 'ਚ بس ਵੀ ਚਲਾਵਾ ਸਹੀ ਹੁਣ ਬਾਕੀ ਟੋヨタ ਦਾ ਇੰਜਨ ਹੀ ਆ ਜਾਂਦਾ ਵੀ 5 10 ਤੱਕ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜੀ ਗੱਡੀ ਨੂੰ ਕੁਝ ਨਹੀਂ ਹੁੰਦਾ ਜੀ ਤੇ ਆ ਗਈ ਨੈਕਸਟ ਫੇਅਰ ਇਹ ਕਿਹੜਾ ਮਾਡਲ ਹੈ ਸਰ ਇਹ 11 G4 ਹੈ ਜੀ ਇਹ 4 ਲੱਖ ਰੁਪਏ ਦੀ ਹੈ ਨੈਕਸਟ ਆ ਗਈ ਪੰਜਾਬ ਨੰਬਰ ਦੀ 11 ਮਾਡਲ G3 ਆ ਗਈ ਜੀ ਪੰਜਾਬ ਨੰਬਰ ਦੀ ਵਾਈਟ ਕਲਰ ਦੀ ਇਹ 3.5 ਲੱਖ ਰੁਪਏ ਦੀ ਹੈ ਲਓ ਜੀ 10 11 12 ਇੱਕੋ 17 18 ਮਾਡਲ ਵੀ ਮੇਰੇ ਨਾਲ ਇੱਕ ਖੜੀ ਹੈਗੀ ਹੈ ਨਾ ਟੋਟਾ ਦੀ ਟੋਸ ਹੈ ਜੀ ਛੋਟੀ ਗੱਡੀ ਪੰਜਾਬ ਰਿਸਨ ਨੰਬਰ ਦੀ ਹੈ ਜੀ 12 ਮਾਡਲ ਹੈ ਬਹੁਤ ਅੱਛੀ ਕੰਡੀਸ਼ਨ ਚ ਟਾਇਰ ਸਾਰੇ ਕੁਝ ਨਮਾ ਹੈ ਮਤਲ ਇਹਦਾ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ 290000 ਰੁਪਏ ਦੀ ਅੱਛੀ ਗੱਡੀ ਕੰਡੀਸ਼ਨ ਚ 290000 ਜੀ ਲੋ ਜੀ ਆ ਬਣੀ ਐ ਨਾ ਗੱਲ ਠੀਕ ਐ ਜੀ 290000 ਰੁਪਏ ਦੀ ਕਾਰ ਆਪਾਂ ਨੂੰ ਮਿਲਣ ਵਾਲੀ ਐ ਉਸ ਤੋਂ ਬਾਅਦ ਆਪਾਂ ਉਹ ਗੱਡੀ ਦੀ ਗੱਲ ਕਰਦੇ ਆਂਗੇ ਇਹ ਲੀਵਾ ਜੀ ਟਾਟਾ ਦੀ ਚ ਕਹਿੰਦੇ ਨੇ ਕਿ ਉਹਦੀ ਟੋਸ ਦੀ ਛੋਟੀ ਪੈਣ ਐ ਲੇਕਿਨ ਐਕਟਿਵ ਬਹੁਤ ਐ ਜੀ ਬਿੱਲੀ ਮੰਮੂ ਕਹਿੰਦੇ ਨੇ ਨਾ ਐਕਟਿਵ ਬਹੁਤ ਜ਼ਿਆਦੀ ਗੱਡੀ ਐ ਗੱਡੀ ਵੀ ਰਨਿੰਗ ਚ ਬਹੁਤ ਅੱਛੀ ਐ ਸਮੂਥ ਐ 13 ਮਾਡਲ ਐ ਵੀਰ ਜੀ ਇਹ 1.5 ਲੱਖ ਰੁਪਏ ਦੀ ਹੈਗੀ ਐ ਜੀ ਓ ਜੀ ਮੇਉਪ ਕਹਿੰਦੇ ਨੇ ਜਿੰਨੀ ਨਿੱਕੀ ਉਹ ਨਹੀਂ ਦਿਖੀ ਉਹ ਹੀ ਗੱਲ ਹੈ ਜੀ ਇਹਦੇ ਠੀਕ ਹੈ ਜੀ 3.5 ਲੱਖ ਰੁਪਏ ਨੇ